ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਮੈਂ ਹਾਂ ਸੁਰਿੰਦਰ ਡੱਲਾ। ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰਖੀਆਂ 'ਤੇ। ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਹੋਈ 10 ਸਾਲ ਦੀ ਕੈਦ, ਭ੍ਰਿਸ਼ਟਾਚਾਰ ਵਿੱਚ 5 ਸਾਲ ਦੀ ਸਜ਼ਾ, ਦੋਨੇ ਸਜ਼ਾਵਾਂ ਚੱਲਣਗੀਆਂ ਇੱਕੋ ਵੇਲੇ। ਸਲਵਿੰਦਰ ਨੇ ਕਿਹਾ, ਮੈਂ ਹਾਂ ਬੇਕਸੂਰ, ਉੱਪਰਲੀ ਅਦਾਲਤ ਵਿੱਚ ਕਰਾਂਗਾ ਅਪੀਲ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ DGP ਨੂੰ ਫੋਨ ਕਰਕੇ ਖੁਦ ਨੂੰ ਆਪਣੀ ਗ੍ਰਿਫਤਾਰੀ ਲਈ ਉਪਲਬਧ ਰਹਿਣ ਦਾ ਕੀਤਾ ਦਾਅਵਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਕਾਂਗਰਸ ਦੀ ਸਰਕਾਰ ਸਿੱਟ ਅਤੇ ਜਾਂਚ ਦੇ ਬਹਾਨੇ ਕਰ ਰਹੀ ਹੈ ਅਕਾਲੀ ਦਲ ਦੇ ਨਾਲ ਬਦਲਾ ਲੈਣ ਦੀ ਰਾਜਨੀਤੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਹਮੇਸ਼ਾ ਲੜੇ ਹਾਂ ਕਾਂਗਰਸ ਨਾਲ, ਨਹੀਂ ਡਰਦੇ ਗ੍ਰਿਫਤਾਰੀ ਤੋਂ। ਬੈਬਲ ਕਲਾਂ ਅਤੇ ਗੋਲੀਕਾਂਡ ਮਾਮਲੇ 'ਤੇ ਜਾਂਚ ਕਰ ਰਹੀ ਸਿੱਟ ਨੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਸੰਮਨ ਕਰ ਦਿੱਤੇ ਨੇ। ਸੁਮੇਧ ਸਿੰਘ ਸੈਣੀ ਨੂੰ 25 ਫਰਵਰੀ ਨੂੰ ਸਿੱਟ ਨੇ ਪੁੱਛਗਿੱਛ ਲਈ ਸੱਦਿਆ। ਵੇਖਣ ਵਾਲੀ ਗੱਲ ਰਹੇਗੀ ਕਿ ਸੁਮੇਧ ਸਿੰਘ ਸੈਣੀ ਹੋਣਗੇ ਸਿੱਟ ਅੱਗੇ ਪੇਸ਼ ਜਾਂ ਜਾਣਗੇ ਅਦਾਲਤ। ਆਮ ਆਦਮੀ ਪਾਰਟੀ ਦੇ ਕੋਟੇ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਾਉਣ ਲਈ ਹਰ ਧਿਰ ਦੀ ਮਦਦ ਲੈਣਗੇ। ਉਹਨਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ, ਲਿਹਾਜ਼ਾ ਕਾਂਗਰਸ ਦੀ ਸਰਕਾਰ ਤੋਂ ਉਹਨਾਂ ਨੂੰ ਮਦਦ ਦੀ ਲੋੜ ਹੈ। ਉਹਨਾਂ ਕਿਹਾ ਕਿ 84 ਕਤਲੇਆਮ ਵਿੱਚ ਇਨਸਾਫ ਲਈ ਉਹਨਾਂ ਭਾਜਪਾ ਤੋਂ ਮਦਦ ਲਈ ਸੀ। HS ਫੂਲਕਾ ਅਤੇ ਅਕਾਲੀ ਦਲ ਨੇ ਇਲਜ਼ਾਮ ਲਾਏ ਸਨ ਕਿ ਉਹ ਕਾਂਗਰਸ ਨਾਲ ਮਿਲ ਜੁਲ ਕੇ ਕੰਮ ਕਰ ਰਹੇ ਨੇ। ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਇਲਜ਼ਾਮ। ਕਿਹਾ, ਕੈਪਟਨ ਅਮਰਿੰਦਰ ਕਰ ਰਹੇ ਨੇ ਕੇਂਦਰ ਸਰਕਾਰ ਦੇ ਦਬਾਅ ਵਿੱਚ ਕੰਮ, ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਨੇ ਕੈਪਟਨ ਅਮਰਿੰਦਰ। ਕੈਪਟਨ ਅਮਰਿੰਦਰ ਮੁੱਢ ਤੋਂ ਨਕਾਰਦੇ ਨੇ ਖਹਿਰਾ ਦੇ ਇਲਜ਼ਾਮ। ਉਧਰ ਪਠਾਨਕੋਟ ਦਹਿਸ਼ਤਗਰਦੀ ਹਮਲੇ ਵੇਲੇ ਸੁਰਖੀਆਂ ਵਿੱਚ ਆਏ SP ਸਲਵਿੰਦਰ ਸਿੰਘ ਨੂੰ ਅਦਾਲਤ ਨੇ ਬਲਾਤਕਾਰ ਦੇ ਇੱਕ ਮਾਮਲੇ ਵਿੱਚ 10 ਸਾਲ ਦੀ ਸਜ਼ਾ ਸੁਣਾਈ ਹੈ। ਇਹਦੇ ਨਾਲ ਨਾਲ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਵੀ ਉਸਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਤਸਵੀਰਾਂ ਵਿੱਚ ਇਸ ਵਕਤ ਤੁਸੀਂ ਦੇਖ ਰਹੇ ਹੋ SP ਸਲਵਿੰਦਰ ਸਿੰਘ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪਣਾ ਪ੍ਰਤੀਕਰਮ ਵੀ ਸਲਵਿੰਦਰ ਸਿੰਘ ਨੇ ਦਿੱਤਾ। ਸਲਵਿੰਦਰ ਸਿੰਘ ਨੇ ਕਿਹਾ ਕਿ ਉਸਨੂੰ ਇਨਸਾਫ ਨਹੀਂ ਮਿਲਿਆ ਅਤੇ ਉਸ ਕੋਲ ਹੱਕ ਹੈ, ਉਹ ਉੱਪਰਲੀ ਅਦਾਲਤ ਦੇ ਵਿੱਚ ਜਾਏਗਾ ਅਤੇ ਇਨਸਾਫ ਦੀ ਲੜਾਈ ਲੜਦਾ ਰਹੇਗਾ। ਕਾਬਲੇ ਜ਼ਿਕਰ ਹੈ, ਬਲਾਤਕਾਰ ਦੇ ਇਲਜ਼ਾਮ ਸਲਵਿੰਦਰ ਸਿੰਘ 'ਤੇ ਲੱਗੇ ਸਨ ਅਤੇ ਪੰਜਾਬ ਦੀ ਸਰਕਾਰ ਵੱਲੋਂ ਉਸ ਉੱਪਰ ਕਈ ਤਰ੍ਹਾਂ ਦੀ ਜਾਂਚ ਪੜਤਾਲ ਤੋਂ ਬਾਅਦ ਉਸਨੂੰ ਨੌਕਰੀ ਵਿੱਚੋਂ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸੀ। ਕਰਪਸ਼ਨ ਦੇ ਮਾਮਲੇ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਆਓ ਸੁਣਦੇ ਹਾਂ ਸਲਵਿੰਦਰ ਨੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੀ ਕਿਹਾ। ਮੈਂ ਬਿਲਕੁਲ ਬੇਕਸੂਰ ਹਾਂ, ਇਹ ਮੈਂ ਅਪੀਲ ਕਰਨ ਦਾ ਮੈਨੂੰ ਪੂਰਾ ਹੱਕ ਹੈ ਹਾਈਕੋਰਟ, ਮੈਂ ਹਾਈਕੋਰਟ ਜਾਵਾਂਗਾ, ਮੈਨੂੰ ਪੂਰਾ ਨਿਆਂ ਉੱਥੋਂ ਮਿਲੇਗਾ, ਬਸ ਦੈਟਸ ਇਟ। ਸਰ ਤੁਸੀਂ ਕੀ ਸਮਝਦੇ ਹੋ ਜਿਹੜੀ ਸਜ਼ਾ ਹੋਈ ਹੈ ਇਹਦੇ ਵਿੱਚ? ਨਾ ਕੋਈ ਹੈਗੀ ਸੀ ਇਹਦੇ ਵਿੱਚ ਕੋਈ ਐਵੀਡੈਂਸ, ਓਨਲੀ ਟੈਲੀਫੋਨ ਦੇ ਉੱਤੇ ਹੈਗੀ ਸੀ ਰਿਕਾਰਡਿੰਗ ਮੇਰੀ ਆਈ ਨਹੀਂ, ਠੀਕ ਹੈ ਨਾ ਰਿਕਾਰਡਿੰਗ ਆਈ ਹੈ ਉਹ ਫਿਰ ਨੈਗੇਟਿਵ ਆਈ ਹੈ, ਹੋਰ ਕੋਈ ਪਰੂਫ ਨਹੀਂ ਕਿਤੇ ਦਾ, ਕਿਸੇ ਦਾ ਕੋਈ ਪਰੂਫ ਨਹੀਂ ਹੈਗਾ ਕਿ ਜਿਹੜੀ ਮੇਰੀ ਲੈ, ਨਾ ਕੋਈ ਕਾਰ ਰਿਕਾਰਡ ਹੈਗਾ, ਨਾ ਕਿਸੇ ਕਿਸਮ ਦਾ ਹੋਰ ਕੋਈ ਮੌਕੇ 'ਤੇ ਐਵੀਡੈਂਸ ਹੈ ਗਏ ਜਾਏ ਹੋਰ ਕਿਸੇ ਕਿਸਮ। ਬਾਕੀ ਮੈਨੂੰ ਹੱਕ ਪੂਰਾ ਅਪੀਲ ਕਰਨ ਦਾ, ਮੈਂ ਹਾਈਕੋਰਟ ਜਾਵਾਂਗਾ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਕਿੰਨੇ ਵਸਾਇਆ ਨਹੀਂ ਹੈ, ਉੱਪਰ ਵਾਲੇ ਜਾਣੇਗਾ ਕੀ ਕਰਨਾ ਹੈਗਾ। ਮੈਂ ਬੇਗਨਾ, ਜੇ ਕੋਈ ਟੈਲੀਫੋਨ 'ਤੇ ਰੇਪ ਹੁੰਦਾ ਕੋਈ ਦੱਸੋ ਲਾ ਹੈਗਾ। ਉੱਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਖੁਲਾਸਾ ਕੀਤਾ ਕਿ ਉਹ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰੀ ਲਈ ਤਿਆਰ ਨੇ। ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਰਾਜਨੀਤਿਕ ਤੌਰ 'ਤੇ ਸਿਆਸੀ ਖੇਡ ਖੇਡ ਰਹੀ ਹੈ, ਸਿੱਟ ਅਤੇ ਜਾਂਚ ਦੇ ਮਾਮਲੇ 'ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਖੁਦ DGP ਨੂੰ ਫੋਨ ਕਰਕੇ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਹੀ ਨੇ ਅਤੇ ਜਦੋਂ ਮਰਜ਼ੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏ। ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਸਿੱਟ ਰਾਜਨੀਤਿਕ ਤੌਰ 'ਤੇ ਮੋਹਰੇ ਵਜੋਂ ਕੰਮ ਕਰ ਰਹੀ ਹੈ। ਕੈਪਟਨ ਅਮਰਿੰਦਰ ਅਤੇ ਸੁਖਜਿੰਦਰ ਰੰਧਾਵਾ, ਇਹਨਾਂ ਦੋਨਾਂ ਨੇ ਤਾਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਕੈਪਟਨ ਨੂੰ ਗ੍ਰਿਫਤਾਰ ਕਰਾਂਗੇ। ਪ੍ਰਕਾਸ਼ ਸਿੰਘ ਬਾਦਲ ਨੇ ਕਈ ਗੰਭੀਰ ਇਲਜ਼ਾਮ ਵੀ ਲਾਏ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਦਾ ਜਵਾਬ ਨਹੀਂ ਦੇ ਸਕੇ ਕਿ ਉਹਨਾਂ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਵਿਧਾਨ ਸਭਾ ਦੇ ਵਿੱਚ ਕਿਉਂ ਨਹੀਂ ਰੱਖਿਆ
ਆਪਣੇ ਸ਼ਾਸਨ ਕਾਲ ਦੇ ਦੌਰਾਨ ਉਹਨਾਂ ਨੇ ਇਸ ਮਾਮਲੇ ਨੂੰ ਕਿਉਂ ਨਹੀਂ ਨਿਬੇੜਿਆ। ਆਓ ਸੁਣਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਇਸ ਪ੍ਰੈਸ ਕਾਨਫਰੰਸ ਦੀਆਂ ਮੁੱਖ ਮੁੱਖ ਗੱਲਾਂ। ਤੇ ਮੈਂ ਸ਼੍ਰੀ ਅਮਰਿੰਦਰ ਸਿੰਘ ਦੀ ਸਪੀਚ ਸੁਣੀ ਜੋ ਉਹਨਾਂ ਨੇ ਹਾਊਸ ਦਿੱਤੀ, ਉਹਨਾਂ ਦੇ ਵਕੀਲ ਨੇ ਵੀ ਜੋ ਕਿਹਾ ਤਾਂ ਇਹੋ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਨੂੰ ਫੜਨਾ, ਹਾਈ ਅਪਸ ਤਾਈਂ ਜਾਣਾ। ਤਾਂ ਮੈਂ ਸਮਝਿਆ ਕਿ ਐਵੇਂ ਐਡਮਿਨਿਸਟ੍ਰੇਸ਼ਨ ਦਾ ਵਕਤ ਜ਼ਾਇਆ ਹੁੰਦਾ ਤੇ ਮੈਂ ਖੁਦ ਫਿਰ ਉੱਥੋਂ ਉਸੇ ਵੇਲੇ ਅੱਜ ਸੁਬਹਾ ਚੱਲਿਆ ਤੇ ਇੱਥੇ ਆ ਕੇ ਪਹੁੰਚਿਆ ਔਰ ਉੱਥੇ ਡੀ ਜੀ ਪੀ ਸਾਹਿਬ ਨੂੰ ਵੀ ਮੈਂ ਟੈਲੀਫੋਨ ਕੀਤਾ ਕਿ ਡੀ ਜੀ ਪੀ ਸਾਹਿਬ ਤੁਹਾਡੇ ਚੀਫ ਮਿਨਿਸਟਰ ਸਾਹਿਬ ਵੀ ਆਦੇ ਹੈ, ਤੁਹਾਡੇ ਅਟਾਰਨੀ ਵੀ ਆਦੇ ਹੈ ਔਰ ਮੈਨੂੰ ਪਤਾ ਵੀ ਹੈ ਕਿ ਜੋ ਕੁਛ ਇਹ ਹੋ ਰਿਹਾ ਇਹ ਪੋਲੀਟੀਕਲੀ ਹੋ ਰਿਹਾ, ਕੋਈ ਇਨਸਾਫ ਜਾਂ ਕਿਸੇ ਇਸ਼ੂ ਨਾਲ ਇਹਨਾਂ ਦੀ ਹਮਦਰਦੀ ਨਹੀਂ। ਇਹ ਸਿਰਫ ਅਤੇ ਸਿਰਫ ਇਹ ਹੈ ਕਿ ਕਿਸੇ ਤਰੀਕੇ ਨਾਲ ਇਹੋ ਜਿਹਾ ਐਟਮੋਸਫੀਅਰ ਬਣਾਈਏ ਕਿ ਬਾਦਲ ਨੂੰ ਗ੍ਰਿਫਤਾਰ ਕੀਤਾ ਜਾਏ। ਮੈਂ ਡੀ ਜੀ ਪੀ ਸਾਹਿਬ ਨੂੰ ਆਖਿਆ ਕਿ ਤੁਹਾਨੂੰ ਕੋਈ ਤਰੱਦਦ ਕਰਨ ਦੀ ਲੋੜ ਨਹੀਂ, ਮੈਂ ਇਸੇ ਕੰਮ ਆਇਆ ਅਤੇ ਤੁਸੀਂ ਕਹੋ ਤਾਂ ਮੈਂ ਹੁਣੇ ਆ ਜਾਂਦਾ ਜਾਂ ਵੇਟ ਕਰ ਲੈਂਦਾ ਜਾਂ ਜਿਸ ਵੇਲੇ ਜਿੱਥੇ ਵੀ ਤੁਸੀਂ ਮੈਨੂੰ ਆਖੋ ਮੈਂ ਉੱਥੇ ਆ ਜਾਣਾ, ਕੋਈ ਡਰਾਮੇ ਜੇ ਕਰਨ ਦੀ ਲੋੜ ਨਹੀਂ। ਜਿਹੜੀ ਆ ਐਸ ਆਈ ਟੀ ਬਣਾਇਆ ਅਸੀਂ ਸਭ ਤੋਂ ਪਹਿਲੇ ਉਹਦੇ ਜਾ ਕੇ ਡਿਸਪੋਜ਼ ਕੀਤਾ, ਸਾਨੂੰ ਉਮੀਦ ਸੀਗੀ ਉਹ ਫਿਰ ਇਨਵੈਸਟੀਗੇਸ਼ਨ ਕਰਨਗੇ, ਪਰ ਫਿਰ ਕੀ ਕਰਨਾ ਸੀ ਇਨਵੈਸਟੀਗੇਸ਼ਨ, ਹੁਣ ਪੋਲੀਟਿਕਸ ਖੇਡਣ ਲੱਗ ਗਏ ਹੈ। ਹੁਣ ਕੈਬਨਿਟ ਮਿਨਿਸਟਰ ਅਤੇ ਚੀਫ ਮਿਨਿਸਟਰ ਅਸੈਂਬਲੀ 'ਚ ਬਿਆਨ ਦਿੰਦੇ ਆ ਕਿਹਨੂੰ ਫੜਨਾ ਕਿਹਨੂੰ ਛੱਡਣਾ, ਆਹ ਕੋਈ ਐਸ ਆਈ ਟੀ ਦੇ ਮੈਂਬਰ ਹੈ ਚੀਫ ਮਿਨਿਸਟਰ, ਆਹ ਸਾਰਾ ਪੋਲੀਟੀਕਲ ਗੇਮ ਚੱਲ ਰਿਹਾ। ਉੱਧਰ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ 25 ਫਰਵਰੀ ਨੂੰ ਸਿੱਟ ਅੱਗੇ ਪੇਸ਼ ਹੋਣ ਲਈ ਸੰਮਨ ਭੇਜ ਦਿੱਤੇ ਗਏ ਨੇ। ਵੱਡੀ ਜਾਣਕਾਰੀ ਹੈ ਜਿਹੜੀ ਕਿ ਸਾਹਮਣੇ ਆਈ ਹੈ, ਸਿੱਟ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੁਲਿਸ ਅਫਸਰਾਂ ਨੂੰ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ। ਇਸ ਤੋਂ ਪਹਿਲਾਂ ਆਈ ਜੀ ਪਰਮਰਾਜ ਸਿੰਘ ਉਮਰਾ ਨੰਗਲ ਅਤੇ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਿਆ। ਕਾਬਲੇ ਜ਼ਿਕਰ ਹੈ ਸੁਮੇਧ ਸਿੰਘ ਸੈਣੀ ਪੰਜਾਬ ਦੇ ਸਾਬਕਾ ਡੀ ਜੀ ਪੀ ਨੇ ਅਤੇ ਬਹਿਬਲ ਕਲਾਂ ਅਤੇ ਕੋਟਕਪੁਰਾ ਦੀਆਂ ਘਟਨਾਵਾਂ ਵੇਲੇ ਪੰਜਾਬ ਦੇ ਅਮਨ ਅਤੇ ਕਾਨੂੰਨ ਦੀ ਜ਼ਿੰਮੇਦਾਰੀ ਉਹਨਾਂ ਦੇ ਮੋਢਿਆਂ 'ਤੇ ਸੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ। ਹੁਣ ਵੇਖਣਾ ਹੋਏਗਾ ਕਿ ਕੀ 25 ਫਰਵਰੀ ਨੂੰ ਸੁਮੇਧ ਸਿੰਘ ਸੈਣੀ ਸਿੱਟ ਅੱਗੇ ਪੁੱਜਣਗੇ ਜਾਂ ਨਹੀਂ। ਉੱਧਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਐਚ ਐਸ ਫੂਲਕਾ ਨੇ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਅਕਾਲੀ ਦਲ ਨਾਲ ਮੁਕਾਬਲਾ ਕਰਨ ਲਈ ਸਾਰੀਆਂ ਧਿਰਾਂ ਦੀ ਹਮਾਇਤ ਲੈਂਦੇ ਰਹਿਣਗੇ। ਕਾਬਲੇ ਜ਼ਿਕਰ ਹੈ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਾਉਣ ਲਈ ਐਚ ਐਸ ਫੂਲਕਾ ਅਤੇ ਕਾਂਗਰਸ ਤੋਂ ਮਦਦ ਲੈਣ ਦੇ ਇਲਜ਼ਾਮ ਲੱਗੇ ਸਨ, ਜਿਸ ਤੋਂ ਬਾਅਦ ਐਚ ਐਸ ਫੂਲਕਾ ਨੇ ਕਿਹਾ ਕਿ 84 ਕਤਲਿਆਂ ਮਾਮਲੇ 'ਤੇ ਇਨਸਾਫ਼ ਲਈ ਉਹਨਾਂ ਭਾਜਪਾ ਦੀ ਮਦਦ ਲਈ ਅਤੇ ਐਸ ਜੀ ਪੀ ਸੀ ਚੋਣਾਂ ਲਈ ਉਹ ਕਾਂਗਰਸ ਦੀ ਮਦਦ ਲੈ ਰਹੇ ਨੇ। ਉਹਨਾਂ ਕਿਹਾ ਕਿ ਉਹ ਸੂਬਾ ਅਤੇ ਕੇਂਦਰ ਸਰਕਾਰ ਦੀ ਮਦਦ ਲੈ ਰਹੇ ਨੇ ਅਤੇ ਉਹ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਇਹ ਮਦਦ ਲੈਂਦੇ ਰਹਿਣਗੇ। ਜੋ ਐਸ ਜੀ ਪੀ ਸੀ ਕੇ ਲਈ ਮਤਾ ਪਾਸ ਕਰਾਇਆ ਉਹ ਮੇਰਾ ਇਸ਼ੂ ਹੈ, ਮੇਰਾ ਮੁੱਦਾ ਹੈ, ਆਪਣੇ ਮੁੱਦੇ ਕੇ ਲਈ ਮੈਨੇ ਸਭ ਕੀ ਮਦਦ ਲੈਣੀ ਹੈ ਔਰ ਉਸਕੇ ਲਈ ਸਦਨ ਮੇਂ ਕਾਂਗਰਸ ਕੀ ਮਦਦ ਕੇ ਬਿਨਾ ਉਹ ਰੈਜੋਲੂਸ਼ਨ ਪਾਸ ਨਹੀਂ ਹੋ ਸਕਤਾ ਥਾ, ਮਤਾ ਪਾਸ ਨਹੀਂ ਹੋ ਸਕਤਾ ਥਾ, ਤੋ ਇਸ ਲਈ ਵਹਾਂ ਪੇ ਮੈਨੇ ਕਾਂਗਰਸ ਕੀ ਮਦਦ ਲਈ। ਤੋ ਆਜ ਅਕਾਲੀ ਦਲ ਕਹਿਣੇ ਲੱਗ ਗਿਆ ਕਿ ਮੈਂ ਕਾਂਗਰਸ ਕੀ ਮਦਦ ਕਿਉਂ ਲੈ ਰਹਾ ਹੂੰ। ਔਰ ਦੂਸਰੀ ਬਾਤ ਮੈਂ ਇੱਕ ਔਰ ਬਤਾ ਦੂੰ, 1984 ਕੇ ਕੇਸੋਂ ਕੇ ਲੀਏ ਵਹਾਂ ਪੇ ਦਿੱਲੀ ਬਹੁਤ ਸੈਂਟਰ ਸਰਕਾਰ ਕਾ ਕਾਮ ਹੈ, ਵਹਾਂ ਪੇ ਮੈਂ ਸੈਂਟਰ ਸਰਕਾਰ ਕੀ ਮਦਦ ਲੈ ਰਹਾ ਹੂੰ। ਦਿੱਲੀ ਮੇਂ ਪਿਛਲੇ 34 ਸਾਲ ਸੇ ਭਾਜਪਾ ਲਗਾਤਾਰ ਹਮਾਰੀ ਮਦਦ ਕਰਤੀ ਆ ਰਹੀ ਹੈ, ਮਦਨ ਲਾਲ ਖੁਆਣਾ ਜੈਸੇ ਲੀਡਰ ਲਗਾਤਾਰ ਮਦਦ ਕਰਤੇ ਆ ਰਹੇ ਹੈ। ਤੋ ਮੈਨੇ ਜੇ ਬਾਤ ਬਹੁਤ ਸਪਸ਼ਟ ਕੀਆ ਹੈ, ਅਖਬਾਰੋਂ ਮੇਂ ਵੀ ਕਹੀ ਹੈ ਕਿ ਮੇਰੇ ਜੋ ਦੋ ਇਸ਼ੂ ਹੈ, 1984 ਕੇ ਕਾਤਲੋਂ ਕੋ ਸਜ਼ਾ ਦਿਲਵਾਨਾ, ਉਸਕੇ ਲੀਏ ਜੋ ਬੀਜੇਪੀ ਕੀ ਔਰ ਸੈਂਟਰ ਸਰਕਾਰ ਕੀ ਮਦਦ ਲੈਣੀ ਜ਼ਰੂਰੀ ਹੈ ਔਰ ਮੈਂ ਲੈਤਾ ਰਹੂੰਗਾ ਬਿਨਾਂ ਕਿਸੇ ਸੰਕੋਚ ਕੇ ਲੈਤਾ ਰਹੂੰਗਾ। ਬੜੇ ਲੋਕੋਂ ਨੇ ਇਸ ਪੇ ਇਤਰਾਜ ਕੀਆ, ਕੋਈ ਇਤਰਾਜ ਕਰੇ ਮੁਝੇ ਇਸ ਕੀ ਕੋਈ ਪਰਵਾਹ ਨਹੀਂ। ਮੈਂ ਮੇਰਾ ਸਿਰਫ ਅਸਤੀਫੇ ਕੇ ਬਾਅਦ ਨਹੀਂ, ਪਹਿਲੇ ਦਿਨ ਸੇ ਜਿਤਨਾ ਵੀ ਮੇਰੇ ਸਰਕਾਰੀ ਤਨਖਾਹ ਜਾਂ ਭੱਤਾ ਜਾ ਰਿਹਾ ਹੈ ਵੋ ਗਰੀਬੋਂ ਕੀ ਦਵਾਈ ਕੇ ਲੀਏ ਜਾ ਰਿਹਾ ਹੈ, ਮੈਡੀਸਨ ਕੇ ਲੀਏ ਜਾ ਰਿਹਾ ਹੈ, ਜੋ ਮੇਰੇ ਹਲਕੇ ਮੇਂ ਮੋਬਾਈਲ ਡਿਸਪੈਂਸਰੀ ਚੱਲ ਰਹੀ ਹੈ, ਸਾਰੇ ਕਾ ਸਾਰਾ ਮੇਰਾ ਜਿਤਨਾ ਵੀ ਸ਼ੁਰੂ ਸੇ ਪਹਿਲੇ ਦਿਨ ਸੇ ਮੇਰੀ ਤਨਖਾਹ ਔਰ ਮੇਰਾ ਜੋ ਜਿਤਨਾ ਵੀ ਔਰ ਪੱਤੇ ਆਤੇ ਹੈ ਉਹ ਸਾਰੇ ਕੇ ਸਾਰੇ ਉਸਕੇ ਲੀਏ ਜਾਤੇ ਹੈ ਔਰ ਜਿਤਨੀ ਦੇਰ ਸਰਕਾਰ ਸੇ ਮਿਲਤੇ ਰਹੇਗੇ ਮੈਂ ਤੁਹਾਨੂੰ ਗਰੀਬੋਂ ਕੀ ਮਦਦ ਕੇ ਲੀਏ ਵਰਤਦਾ ਰਹੂੰਗਾ ਔਰ ਕਰਤਾ ਰਹੂੰਗਾ।
ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਦੇ ਦਬਾਅ ਅਧੀਨ ਕੰਮ ਕਰ ਰਹੇ ਨੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਕੇਂਦਰ ਦੇ ਦਬਾਅ ਵਿੱਚ ਬਿਆਨਬਾਜ਼ੀ ਕਰ ਰਹੇ ਨੇ ਅਤੇ ਭਾਜਪਾ ਦੀ ਬੋਲੀ ਬੋਲ ਰਹੇ ਨੇ। ਉਹਨਾਂ ਕਿਹਾ ਕਿ ਕੈਪਟਨ ਅਤੇ ਕੈਪਟਨ ਦੇ ਪਰਿਵਾਰ ਦੇ ਸਵਿਸ ਬੈਂਕਾਂ ਵਿੱਚ ਖਾਤੇ ਨੇ ਅਤੇ ਇਹ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਨੇ। ਉਹਨਾਂ ਕੈਪਟਨ 'ਤੇ ਦਬਾਅ ਵਿੱਚ ਬਿਆਨ ਦੇਣ ਦੇ ਇਲਜ਼ਾਮ ਲਾਏ। ਤਾਂ ਫਿਰ ਮੈਂ ਰਿਅਲਾਈਜ਼ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਦੋ ਕਾਰਨ ਨੇ। ਇੱਕ ਤਾਂ ਕਾਰਨ ਇਹ ਆ ਕਿ ਉਹ ਅੱਜ ਬੀਜੇਪੀ ਦੀ ਜ਼ੁਬਾਨ ਬੋਲ ਰਹੇ ਨੇ ਪੰਜਾਬ ਦੇ ਵਿੱਚ। ਜਿਹੜੀਆਂ ਗੱਲਾਂ ਬੀਜੇਪੀ ਗਾਲਾਂ ਕੱਢਣਾ ਚਾਹੁੰਦੀ ਆ, ਕਹਿ ਪਾਕਿਸਤਾਨ ਨੂੰ ਕਹਿ ਲਓ ਜਾਂ ਕਾਂਗਰਸ ਨੂੰ ਸ਼ਰਮਿੰਦਾ ਕਰਨਾ ਚਾਹੁੰਦੀ, ਉਹ ਕੈਪਟਨ ਸਾਹਿਬ ਤੋਂ ਕਰਵਾ ਰਹੇ ਨੇ। ਕਿਉਂ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਿੰਦਰ ਸਿੰਘ, ਸ਼ਾਇਦ ਇਹਨਾਂ ਦੀ ਧਰਮਪਤਨੀ 'ਤੇ ਵੀ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਕਾਲੇ ਧਨ ਦੇ ਖਾਤਿਆਂ ਦੀ ਸ਼ਿਕਾਇਤ ਚੱਲ ਰਹੀ। ਗਵਰਨਮੈਂਟ ਆਫ ਇੰਡੀਆ ਦੇ ਕੋਲ ਆ ਸਾਰੇ ਦਸਤਾਵੇਜ਼ ਡਾਕੂਮੈਂਟਸ। ਲੁਧਿਆਣੇ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਵਾ। ਇਹ ਮੈਂ ਤੁਸੀਂ ਨਹੀਂ ਕਹਿ ਰਹੇ, ਇਹ ਬ੍ਰਿਟਿਸ਼ ਵਰਜਨ ਆਈਲੈਂਡਸ ਤੋਂ ਬਕਾਇਦਾ ਸ਼ਿਕਾਇਤ ਆਈ ਹੋਈ ਆਫਿਸ਼ੀਅਲੀ, ਔਰ ਉਦੋਂ ਆਈ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਉਦੋਂ ਦਾ ਉਹਦਾ ਇਨੀਸ਼ੀਏਸ਼ਨ ਹੋਈ ਹੋਈ ਆ। ਔਰ ਉਹ ਸ਼ਿਕਾਇਤ ਦੇ ਕਰਕੇ ਇਹ ਸ਼ਿਕੰਜੇ 'ਚ ਨੇ, ਇਹਨਾਂ ਦੀ ਗਰਦਨ ਬੀਜੇਪੀ ਦੇ ਵੱਡੇ ਲੀਡਰਾਂ ਅਤੇ ਸਰਕਾਰ ਦੇ ਹੱਥ ਵਿੱਚ। ਦੂਜਾ, ਇਹਨਾਂ ਦੇ ਸਨ ਇਨ ਲਾਅ ਗੁਰਪਾਲ ਸਿੰਘ ਹੁਣੀ ਨੇ ਸਿੰਭੋਲੀ ਸ਼ੂਗਰ ਮਿਲਿਆ, ਉਹਨਾਂ ਦੇ ਉੱਤੇ CBI ਨੇ ਹੁਣੇ ਤਾਜ਼ਾ ਸ਼ਾਇਦ 100 ਕਰੋੜ ਰੁਪਏ ਦੇ ਗਮਨ ਦਾ ਮੁਕੱਦਮਾ ਦਰਜ ਕੀਤਾ, ਅਤੇ ਉਹ ਵੀ ਗਰਦਨ ਕੈਪਟਨ ਅਮਰਿੰਦਰ ਸਿੰਘ ਦੀ ਬੀਜੇਪੀ ਦੇ ਹੱਥ ਵਿੱਚ। ਇੱਕ ਤਾਂ ਇਹ ਕਾਰਨ ਮੇਰੇ ਸਮਝ 'ਚ ਆਉਂਦਾ ਵਾ ਕਿ ਇਹ ਇਸ ਤਰ੍ਹਾਂ ਦੀ ਹੇਟਰਡ ਕਿਉਂ ਸਪਰੈਡ ਕਰ ਰਹੇ ਨੇ। ਇਹ ਦੂਜਾ ਕਾਰਨ ਮੈਨੂੰ ਇਹ ਵੀ ਨਜ਼ਰ ਆਉਂਦਾ ਕਿ ਕਿਤੇ ਨਾ ਕਿਤੇ ਐਫਰਟਸ ਹੋ ਰਹੇ ਨੇ ਕਿਸੇ ਲੋਬੀ ਵੱਲੋਂ ਕਿ ਕਰਤਾਰਪੁਰ ਦੀ ਕੋਰੀਡੋਰ ਨੂੰ ਸਾਬੋਟਾਜ ਕੀਤਾ ਜਾਵੇ, ਕਿਸੇ ਤਰੀਕੇ ਨਾਲ ਕੁਛ ਵਾਤਾਵਰਨ ਇੱਦਾਂ ਦਾ ਪੈਦਾ ਹੋ ਜਾਵੇ ਕਿ 550ਵੇਂ ਵਰੇਗੰਢ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਆ ਰਹੀ ਆ, ਅਤੇ ਜਿਹੜੀ ਕੋਰੀਡੋਰ ਆਪਸ ਦੋਨਾਂ ਦੇਸ਼ਾਂ ਨੇ ਸੈਟਲ ਕੀਤੀ ਸੀ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਅਤੇ ਇੰਡੀਆ ਦੀ ਗਵਰਨਮੈਂਟ ਨੇ, ਕਿ ਕੋਰੀਡੋਰ ਐਕਸੈਸ ਮਿਲੂਗੀ, ਜਿਹਦਾ ਕਿ ਕੰਮ ਸ਼ੁਰੂ ਵੀ ਹੋ ਗਿਆ, ਕਿਸੇ ਤਰੀਕੇ ਨਾਲ ਇਹਦੇ ਵਿੱਚ ਅੜਿੱਕਾ ਪੈ ਜਾਵੇ ਔਰ ਉਹ ਰੁਕ ਜਾਵੇ। ਔਰ ਉਹਦੇ 'ਚ ਕਾਰਨ ਜ਼ਿਆਦਾ ਮੈਨੂੰ ਨਜ਼ਰ ਆਉਂਦਾ ਕਿ ਕਾਂਗਰਸ ਦੀ ਇੰਟਰਨਲ ਪੋਲੀਟਿਕਸ, ਕਿਉਂਕਿ ਇਹਦਾ ਕ੍ਰੈਡਿਟ ਜਿਹੜਾ ਵਾ ਨਵਜੋਤ ਸਿੰਘ ਸਿੱਧੂ ਨੂੰ ਜਾ ਰਿਹਾ ਵਾ। ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਕਾਂਗਰਸ ਦੇ ਸਥਾਨਕ MP ਗੁਰਜੀਤ ਸਿੰਘ ਔਜਲਾ ਵਿਚਾਲੇ ਲਗਾਤਾਰ ਸਿਆਸਤ ਗਰਮਾ ਗਈ ਹੈ। ਇਸ ਤਰ੍ਹਾਂ ਦੀਆਂ ਸੂਚਨਾਵਾਂ ਨੇ ਕਿ ਰੇਲਵੇ ਸਟੇਸ਼ਨ ਦਾ ਉਦਘਾਟਨ ਸੰਸਦ ਗੁਰਜੀਤ ਔਜਲਾ ਨੇ ਕਰਨਾ ਸੀ, ਪਰ ਸ਼ਵੇਤ ਮਲਿਕ ਨੇ ਆਪਣੇ ਵੱਲੋਂ ਵੀ ਉਸਦਾ ਉਦਘਾਟਨ ਕਰ ਦਿੱਤਾ। ਦੋਵਾਂ ਨੇ ਇੱਕ ਦੂਜੇ 'ਤੇ ਸਿਆਸੀ ਵਾਰ ਕੀਤੇ ਅਤੇ ਖੁਦ ਨੂੰ ਉਦਘਾਟਨ ਕਰਨ ਦੇ ਲਈ ਯੋਗ ਦੱਸਿਆ। ਆਓ ਸੁਣਦੇ ਹਾਂ ਸੀਨੀਅਰ ਆਗੂ ਭਾਜਪਾ ਸ਼ਵੇਤ ਮਲਿਕ ਅਤੇ MP ਅੰਮ੍ਰਿਤਸਰ ਗੁਰਜੀਤ ਔਜਲਾ ਦਾ ਸਟੇਸ਼ਨ 'ਤੇ ਉਦਘਾਟਨ ਦੇ ਮਾਮਲੇ 'ਤੇ ਕੀ ਕਹਿਣਾ। ਅੰਮ੍ਰਿਤਸਰ ਸੇਲ ਰੇਲਵੇ ਸਟੇਸ਼ਨ ਔਰ ਅੰਮ੍ਰਿਤਸਰ ਨਿਵਾਸੀਆਂ ਲਈ ਇੱਕ ਤੋਹਫਾ ਹੈ ਕਿ ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਤੱਕ ਕਾਂਗਰਸ ਦਾ 55 ਸਾਲ ਕੁਸ਼ਾਸਨ ਰਿਹਾ। ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕੇਵਲ 5 ਪਲੇਟਫਾਰਮ ਰਹੇ। ਉਹਦਾ ਕਾਰਨ ਸੀ ਕਿ ਮੇਰੇ ਨਾਲ ਜੋ ਸਟੇਸ਼ਨ ਡਾਇਰੈਕਟਰ ਅੰਮ੍ਰਿਤ ਸਿੰਘ ਜੀ ਨੇ ਵੀ ਉਹਨੇ ਦੱਸਿਆ ਹੈ ਕਿ ਉਹਦਾ ਕਾਰਨ ਸੀ ਕਿ ਸ਼ਤਾਬਦੀ ਅਤੇ ਹੋਰ ਟ੍ਰੇਨ ਜਿਹੜੀਆਂ ਅੰਮ੍ਰਿਤਸਰ ਪਹੁੰਚ ਕੇ ਵੀ ਇਸ ਪਲੇਟਫਾਰਮ 'ਤੇ ਆਉਣ ਲਈ ਉਹਨਾਂ ਨੂੰ 1 ਘੰਟਾ ਲੱਗ ਜਾਂਦਾ ਸੀ। ਮਾਨਾਵਾਲਾ ਰੇਲਵੇ ਸਟੇਸ਼ਨ ਦੇ ਉੱਤੇ ਉਹ ਖੜੀਆਂ ਰਹਿੰਦੀਆਂ ਸੀ। ਸੋ ਅੱਜ ਇਹ ਸ਼ੁਭ ਘੜੀ ਆਈ। ਜਦ ਮੈਂ 2 ਸਾਲ ਪਹਿਲੇ MP ਬਣਿਆ, ਉਸ ਵੇਲੇ ਰੇਲਵੇ ਦੇ ਪ੍ਰੋਜੈਕਟ ਸ਼ੁਰੂ ਕਰਾਏ। ਮੈਂ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਮੋਦੀ ਜੀ ਦਾ ਔਰ ਰੇਲ ਮੰਤਰੀ ਪਿਊਸ਼ ਗੋਇਲ ਜੀ ਦਾ, ਵਿੱਤ ਮੰਤਰੀ ਅਰੁਣ ਜੇਤਲੀ ਜੀ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਅੱਜ 2 ਪਲੇਟਫਾਰਮ ਰੇਲਵੇ ਸਟੇਸ਼ਨ ਅੰਮ੍ਰਿਤਸਰ 'ਤੇ ਨਵੇਂ ਬਣੇ ਨੇ, 6 ਔਰ 7 ਨੰਬਰ ਪਲੇਟਫਾਰਮ, ਜਿਹਦੇ ਨਾਲ ਜਿੱਥੇ ਕਿ ਹੁਣ ਉਹ ਮਾਨਾ ਵਾਲੇ ਗੱਡੀਆਂ ਖੜੀਆਂ ਵੀ ਰਹਿਣਗੀਆਂ, ਉੱਥੇ ਨਵੀਆਂ ਟ੍ਰੇਨਸ ਵੀ ਸਾਨੂੰ ਮਿਲਣਗੀਆਂ। ਔਰ ਮੈਂ ਜੋ ਆਉਣ ਵਾਲੇ ਸਮੇਂ ਇਸੇ ਰੇਲਵੇ ਸਟੇਸ਼ਨ 'ਤੇ ਅਸੀਂ 12 ਪਲੇਟਫਾਰਮ ਪੂਰੇ ਕਰਨ ਵਾਲੇ ਹਾਂ, 7 ਹੋਰ 5 ਹੋਰ। ਦੇਖੋ, ਅਸੀਂ ਸ਼ਾਮੀ ਇੱਕ ਫੈਸਲਾ ਕੀਤਾ ਸੀ, ਮੇਰੀ ਡਾਇਰੈਕਟਰ ਨਾਲ ਵੀ ਗੱਲ ਹੋਈ ਹੈ ਕਿ ਅਸੀਂ ਕੱਲ੍ਹ ਰੇਲ ਦੇ ਨਾਲ ਕੱਲ੍ਹ ਜਿਹੜਾ, ਕਿਉਂਕਿ ਉਹਨਾਂ ਦਾ 6 ਅਤੇ 7 ਨੰਬਰ ਪਲੇਟਫਾਰਮ ਜਿਹੜਾ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਉਹਨੂੰ ਬਣਾ ਕੇ ਕੰਪਲੀਟ ਕੀਤਾ ਆ। ਔਰ ਮੇਰੀ ਇਲੈਕਸ਼ਨ ਪਾਰਲੀਮੈਂਟ ਸੀ, ਪਹਿਲਾਂ ਵੀ ਗੱਲ ਹੁੰਦੀ ਰਹੀ, ਉਹਨਾਂ ਨੇ ਮੈਨੂੰ ਕਿਹਾ ਉਦਘਾਟਨ ਕਰਨਾ, ਮੈਂ ਕਿਹਾ ਤੁਸੀਂ ਟ੍ਰੇਨਾਂ ਸ਼ੁਰੂ ਕਰੋ, ਉਦਘਾਟਨ ਅਸੀਂ ਬਾਅਦ 'ਚ ਕਰਾਂਗੇ, ਕਿਉਂਕਿ ਇਹ ਜਿਹੜਾ ਲੋਕਾਂ ਦਾ ਦੁੱਖ ਸੀ ਬਾਹਰ ਜਿਹੜਾ ਟ੍ਰੇਨ ਖੜਦੀਆਂ ਸੀ, ਉਹਦੇ ਵਾਸਤੇ ਸਾਡਾ ਫਰਜ਼ ਹੈ ਪਹਿਲਾਂ ਲੋਕਾਂ ਨੂੰ ਤੱਕ ਰਾਹਤ ਪਹੁੰਚਾਉਣੀ, ਨਾ ਕਿ ਇਹ ਕਿ ਪਹਿਲਾਂ ਅਸੀਂ ਉਦਘਾਟਨ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਰੋਕੀ ਰੱਖੀਏ। ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਅੱਜ ਵੱਖ-ਵੱਖ ਸਿੱਖ ਸੰਗਠਨਾਂ ਨੇ ਅੰਮ੍ਰਿਤਸਰ ਦੇ ਵਿੱਚ ਜੇਲ੍ਹ ਦੇ ਬਾਹਰ ਪ੍ਰੋਟੈਸਟ ਕੀਤਾ। ਸਿੱਖ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣਾ ਅੰਦੋਲਨ ਲਗਾਤਾਰ ਤੇਜ਼ ਕਰਦੇ ਰਹਿਣਗੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲੋਂ
गठित की गई पांच मैंबरी कमेटी वालों अज अमृतसर की फतेहपुर जेल के बाहर सवेर तो शाम तक चार बजे तक धरना लगाया जा रहा है ता जो भारत दियां वख वख जेलां दे विच जो दहाकियां तो सिंह नज़रबंद आ उन्हां राजसी सिख कैदियों की रिहाई लई आवाज़ बुलंद की जाए उन्हां दे वास्ते असी हमदर्दी प्रगटाउण लई इत्थे बैठन लगे हाँ ता जो उन्हां दी जिहड़ियां रिहाइयां उन्हां दे आवाज़ जिहड़ी बुलंद हो सके ते असी उन्हां सिंघां नूं दस सकीए कि पूरी सिख कौम साढ़े नाल खड़ी है अज अमृतसर दियां अते पूरे पंजाब दियां वख वख पंथक जथेबंदियां गतका अखाड़ा दे सिंघ अते होर सिख संस्थावां दे जिहड़े आगू आ उह इत्थे साढ़े नाल आए हुए आ। उधर आम आदमी पार्टी की विधायक बीबी बलजिंदर कौर ने कहा है कि विरोधी धिर नूं कमज़ोर करन लई पंजाब दे विच कांग्रेस अते अकाली दल मिल के काम करदे ने। बीबी बलजिंदर कौर ने चंडीगढ़ विच अज गंभीर इल्जाम लाए उन्हां कहा कि तीसरे धिर के खिलाफ ये रल के काम करदे ने तां जो तीसरा धिर अपना काम ना कर सके। बीबी बलजिंदर कौर ने कहा कि विरोधी धिर दा दर्जा हाले भी आम आदमी पार्टी कोले है क्योंकि अस्तीफियां ते कोई कार्रवाई नहीं हुई। अभी तक उसका जो अभी उन्होंने इस्तीफा लिख के दिया मेंबरशिप से जो रेजिग्नेशन दिया है रिटर्न में अभी तक उसमें कुछ मतलब कार्रवाई नहीं हुई तो स्टिल इट्स इन प्रोसेस है ना तो अभी तो कुछ कहा ही नहीं जा सकता है कि क्या है क्या नहीं है। आज तक तो फिक्स मैच रहा है वो कांग्रेस और अकाली दल का रहा है। मतलब 2017 की जो इलेक्शन हुई उसके जो रिजल्ट आए मतलब उसमें भी इन्होंने मिलकर गेम प्ले किया और उससे पहले भी जो पंजाब की हिस्ट्री है मतलब जब भी इनको लगता है कि इसमें हमारे दोनों पार्टियों के सिवाय कोई और यहाँ पे आ रहा है तो भी इनका मतलब एक तरह का मैच फिक्सिंग होता है। मतलब ये तो कह ही नहीं सकते कि आम आदमी पार्टी इज विद कांग्रेस अकाली दल इज विद कांग्रेस ये तो माना जा सकता है। उधर अकाली दल अते भारतीय जनता पार्टी ने अज पंजाब विधानसभा दे सैशन दौरान एक बार फिर सदन विचों वाकआउट कर दिता। अकाली भाजपा लीडर ने कांग्रेस ते गरीब लोगों नूं ज़्यादा बिजली दे बिल भेजण दा विरोध किया अते वाकआउट कर गए। बादल साहब की सरकार वेले कदे इह जा होंदा ही नहीं सी कदे सरकार च नहीं होया किसे च इन्हां ने पक्का ही करता कि तुहानू फिक्स चार्जेस दा देने ही पैणे आ भावें बत्ती पक्खा चलाओ ना चलाओ। बैकवर्ड क्लास नूं तां पूरे रेट लाती एस सी भाईचारे दे विच इक शर्त फसाती कि जिहड़ा 3000 तों वध यूनिट बालूगा ओनू सबसिडी 2400 दी अलाउ नहीं होगी ओनू सारे ते बिल देना पऊगा मतलब ओनू पीनलाइज करन दा काम कीता ते चोर मोरी राही किवें पैसे लाए गए हजारां करोड़ असी तां मोटा जिहा हिसाब लै के आए हां कि सालाना कोई 500 करोड़ रुपया एस सी भाईचारे तो बी सी भाईचारे दियां जेबां चों कढ के 2 सालां च कोई 1000 करोड़ रुपया इन्हां ने बैकवर्ड ते एस सी भाईचारे की जेबां चों कढण दा कीता। कांग्रेस वालों अमृतसर तो साबका प्रधानमंत्री डॉक्टर मनमोहन सिंह नूं लोक सभा की चोण लड़ाए जाण दीआं संभावनावां दे मद्देनज़र पंजाब की सियासत गरमा गई है। कांग्रेस के लीडर ने जिथे इस गल का स्वागत किया है उत्थे ही अकाली भाजपा विरोध विच उतर आए ने। प्रताप सिंह बाजवा ने कहा है कि इस नाल पंजाब नूं फायदा मिलेगा। तृप्त रजिंदर बाजवा अते कांग्रेस के सारे लीडर ने इस संभावना का स्वागत किया है। दूजे पासे बिक्रम मजीठिया का कहना है कि अपनियां गलतियां लुकाउण लई कांग्रेस मनमोहन सिंह नूं चोणां लड़ा रही है। एच एस फूलका ने भी इस मसले ते अपना पक्ष रखिया। आओ सुणदे हां सारियां राजनीतिक धिरां दी गल। मुझे ये नहीं पता उस प्रस्ताव में क्या है, मैंने आपसे सुन रहा हूँ कि पार्टी ने प्रस्ताव भेजा है, अगर भेजा है तो बहुत अच्छा किया है। सरदार मनमोहन सिंह जी हम चाहते हैं कि पंजाब में आएँ और इलेक्शन लड़े, अमृतसर से इलेक्शन लड़े। उनके इलेक्शन लड़ने से सारे हिंदुस्तान में कांग्रेस पार्टी को फ़ायदा होगा और मैं भी जाति तौर पर भी उनसे रिक्वेस्ट करूँगा कि सारे पंजाबियों की ये ख्वाहिश है कि वो अमृतसर से इलेक्शन लड़े। देखो जब कांग्रेस आप फेल हो जाती है पंजाब में तब वो डॉक्टर मनमोहन सिंह जी को आगे कर देते हैं।
2017 में भी जब इलेक्शन होनी थी चोन मैनिफेस्टो जो तैयार हुआ उसमें इतना झूठ भरा गया था जो आज तक वो चोन मैनिफेस्टो लागू नहीं हुआ, चाहे वो घर घर नौकरी थी, किसानी कर्जा था, दलित हमारे जो ब्रदर एंड सिस्टर है उनका मसला था, बैकवर्ड क्लास का था, हर वर्ग को, इंडस्ट्री का था, व्यापारी का था, उन सबको जब धोखा देना हुआ तो इनको महसूस हुआ कि हमसे तो ये बात चलनी नहीं, तो वो झूठ का मैनिफेस्टो तैयार करा और डॉक्टर साहब से जारी करा दिया। डॉक्टर साहब की अपनी एक शख्सियत है, उन पे लोग विश्वास करते हुए समझ गए कि जो डॉक्टर साहब जारी कर रहे हैं मनमोहन सिंह जी तो शायद इसमें कुछ होएगा। आज वही हालात फिर हो गए कि दो साल कोई काम नहीं हुआ है तो देख लिया कि लोग अब पूछेंगे, हिसाब मांगेंगे, तो उस डर के मारे इनको अपने पंजाब कांग्रेस जो है अपनी फेलियर्स को छुपाने के कारण आज फिर डॉक्टर मनमोहन सिंह जी का आसरा लेना चाह रहे हैं, मगर लोग बहुत हैं। कांग्रेस जिसको कांग्रेस का अपना है, मेरा इसमें कोई कनेक्शन नहीं है, जो कांग्रेस कर रही है कांग्रेस का अपना इंटरनल मामला जी, नहीं मेरी कोई राय नहीं, मैं क्यों कांग्रेस को एडवाइस दूं, कांग्रेस को मेरी एडवाइस की जरूरत भी नहीं है, जो फैसला करना कांग्रेस अपना फैसला खुद करे। सनती केंद्र लुधियाना के खालसा कॉलेज विखे पंजाबी कॉन्फ्रेंस के दौरान पंजाब तो मैंबर पार्लीमेंट रवनीत सिंह बिट्टू ने बिक्रम सिंह मजीठिया से तिखे सियासी हमले किए। इस कॉन्फ्रेंस दौरान देश विदेश के पंजाबी विद्वान पुजे जिथे रवनीत बिट्टू ने पंजाबी नूं प्रफुल्लित करन दी गल भी की, पर उन्होंने मजीठिया से सियासी हमला भी किया। जिहड़ी साडी आ जिहड़ियां साडियां रूट्स ने साडियां जड़ां ऐ उहदे बारे वध तों वध प्रचार किस तरीके नाल किया जाए उहदे लई अज्ज कॉन्फ्रेंस रखी है, तो वड्डे वड्डे साहित्यकार अपनी अज्ज इत्थे अपनी अपनी गल रखणगे, तो जिहड़ा बाहरले देशां नाल अपने व्यू एक्सचेंज होणगे उन्हां दा कल्चर की आ, उन्हां दा साहित्य की आ, वह असी अपने कोल लैके आवांगे, जिहड़ियां चंगीआं चीज़ां ऐ अपने कोल जोड़ांगे, उन्हां नूं जिहड़ियां साडीआं ऐ क्योंकि अज्ज 70 देशां 'च आपां फैले होए आ, तो अपनियां जिहड़ियां मां बोली दीआं जिहड़ियां देण आ मां बोली दीआं एक एक लफ्ज़ दा जिहड़ा बहुत वड्डा मतलब आ वह उन्हां तक पहुँच सके उहदे लई जिहड़े उपराले अज्ज किते जा रहे आ, तो मैं समझदा सारा दिन ये प्रोग्राम चलेगा, तो जिहड़ी नवीं जनरेशन आ साडी क्योंकि नाल कॉलेज के बच्चे आ जिहड़े साडे वो साडे साहित नाल किवें जुड़न वो उन्हां च रुचि किवें पैदा होवे ते अज उहदे लई भी ये बहुत वड्डा उपराला जिहड़ा कीता ये दसण भी जिहड़ा 10 साल जिहड़ा करजे च डुबो के गए आ पंजाब नूं मजीठिया साहब उहदा जवाब देण भी वह करजा 2 लाख करोड़ रुपया किवें करके गए उहदा जवाब दो, असीं तां तुहाडे करजे मोड़ मोड़ थक गए 31,000 करोड़ रुपया एक दिन च चाढ़ के चले गए उहदा जवाब दो। उधर सिटी सेंटर घोटाले 27 फरवरी नूं अगली सुनवाई तक मामला टाल दिता गया है। काबिले जिक्र है पंजाब के साबका DGP सुमेध सिंह सैणी ने विजिलेंस वल्लों इस मामले की क्लोजर रिपोर्ट नूं चुनौती दित्ती सी अते अपना पक्ष सुनन की दरखास्त दस्ती सी। उन्हां अदालत नूं कोई भी फैसला लैण तों पहलां उन्हां नूं जरूर सुनन की अपील कीती सी। अज मानयोग जज साहब ने जी 27 फरवरी 27 फरवरी फिक्स करता जी फॉर ऑर्डरस, तो ये अज हो कार्रवाई जी कोर्ट के बहस लास्ट टाइम जीडिया हुई सी डेट पर जी भी जिमें जी कैंसलेशन सी जो विजिलेंस डिपार्टमेंट ने कैंसलेशन मूव की सी कैप्टन अमरिंदर सिंह तो बाकी दोषियों बचाने की ये मुकदमा जिहड़ा सिटी सेंटर वाला इट वॉज रजिस्टर्ड इन 2007। उस तो बाद 10 साल बाद जो सरकार बनी कैप्टन अमरिंदर सिंह की तो जो विजिलेंस डिपार्टमेंट से जो प्रोसीक्यूशन डिपार्टमेंट से जिदे मिनिस्टर आप से कैप्टन अमरिंदर सिंह रही इन्होंने एक कैंसलेशन मूव करती कैप्टन अमरिंदर सिंह बचाने जिड़ी कि कैंसलेशन बिल्कुल इलीगल सी। इन्होंने जो कैंसलेशन तैयार की कानून दियाँ धज्जियाँ उड़ाती द लैंड द लॉ ऑफ द लैंड वॉज स्ट्रिक्टली उन्होंने इन्होंने खत्म करता उस चीज़ में मनिया ही नहीं फॉलो ही नहीं किया एंड द कैंसलेशन वॉज टोटली इलीगल। असी मानयोग अदालत अगर रिक्वेस्ट की थी भी ये कैंसलेशन एक्सैप्ट ना की जाए सानू मौका दिता जाए एंड वी कैन एक्सप्लेन। उधर हलका दीनानगर में आम लोगों ने सरकार तो तंग हो के खुद ही एक पुल बनाने का ऐलान कर दिता है। काबिले जिक्र है कि इलाके के लोग पिछले काफ़ी समय तो पुल बनाने की मांग कर रहे सन पर सरकार वालों हाले तक कोई फैसला नहीं किया गया सी। आओ सुनते हैं की कहना है पिंड वालों का। साडा पुल 2 हफ्ते तो टुट चुकया, साडियां ट्रालियां 25-30 जड़ियां वा दरिया तो पार खड़िया ने वो अं पार करन लई अपने कोलो पैसे खर्च करके अं पुल बनते पे हाँ। सारे पिंडां चो 500-1000 इकट्ठा करके अं पुल बनते पे हाँ। साडे पक्के पुल का जदों
ਪਿੱਛੋਂ ਪੈਸਾ ਮਨਜ਼ੂਰ ਹੋ ਗਿਆ, ਪੰਜਾਬ ਸਰਕਾਰ ਸਾਡਾ ਟੈਂਡਰ ਕਿਉਂ ਨਹੀਂ ਚੁੱਕਦੀ, ਪੁੱਲ ਦਾ ਕਿਉਂ ਨਹੀਂ ਉਦਘਾਟਨ ਕਰਦੇ, ਕਿਉਂ ਨਹੀਂ ਪੁੱਲ ਬਣਦੇ? ਜੇ ਅਗਰ ਪੁੱਲ ਨਹੀਂ ਬਣਦੇ, ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੇ, ਅਸੀਂ ਆਪਣੇ ਇੱਧਰੋਂ ਵੋਟਾਂ ਦਾ ਬਾਈਕਾਟ ਕਰਾਂਗੇ, ਅਸੀਂ ਕੋਈ ਵੋਟ ਨਹੀਂ ਪਾਉਣ ਦਾਂਗੇ, ਕੋਈ ਇੱਥੇ ਡੱਬਾ ਨਹੀਂ ਰੱਖਣ ਦਿਆਂਗੇ। ਬਿਲਕੁਲ ਸਾਡੇ ਕੋਲ ਕੋਈ ਵੋਟਾਂ ਲੈਣ ਨਾ ਆ ਜਾਏ, ਸਾਡਾ ਗੁੱਸਾ ਇੰਨਾ ਵੱਧ ਚੁੱਕਾ, ਹੋ ਸਕਦਾ ਅਸੀਂ ਮਤਲਬ ਕਿ ਗੋਹੇ ਪਾਥੀਆਂ ਜੋ ਵੀ ਸਾਡੇ ਹੱਥਾਂ ਵਿੱਚ ਆਊਗਾ ਉਹਦੇ ਨਾਲ ਇਹਨਾਂ ਦਾ ਸਵਾਗਤ ਕਰਾਂਗੇ। ਅੱਜ ਤੁਸੀਂ ਆਪਣੇ ਕੋਲੋਂ ਪੁੱਲ ਤਿਆਰ ਕਰ ਰਹੇ ਹੋ ਪੈਸੇ? ਹਾਂ, ਅੱਜ ਬਿਲਕੁਲ ਅਸੀਂ ਆਪਣੇ ਕੋਲੋਂ ਮਤਲਬ ਕੋਈ 1000 ਰੁਪਇਆ ਦੇ ਰਿਹਾ, ਕੋਈ 500 ਰੁਪਇਆ ਦੇ ਕੇ ਆਪਣਾ ਮਤਲਬ ਕਲੈਕਸ਼ਨ ਕਰਕੇ ਪੈਸਾ ਅਸੀਂ 40-50 ਹਜ਼ਾਰ ਰੁਪਇਆ ਇਕੱਠਾ ਕਰਕੇ ਅਸੀਂ ਆਪ ਅੱਜ ਪੁੱਲ ਨੂੰ ਤਿਆਰ ਕਰ ਰਹੇ ਹਾਂ। ਉੱਧਰ 25 ਫਰਵਰੀ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਸ਼੍ਰੀ ਅਨੰਦਪੁਰ ਸਾਹਿਬ ਆ ਸਕਦੇ ਨੇ। ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦਾਅਵਾ ਕੀਤਾ ਹੈ ਕਿ ਨਿਤਿਨ ਗਡਕਰੀ 25 ਫਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਤਾ ਨੈਣਾ ਦੇਵੀ ਤੱਕ ਮਾਰਗ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਭਾਰਤ ਸਰਕਾਰ ਦੇ ਸਰਫਸ ਐਂਡ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਆ ਰਹੇ ਨੇ ਬੰਗਾ ਅਨੰਦਪੁਰ ਸਾਹਿਬ ਨੈਣਾ ਦੇਵੀ ਨੈਸ਼ਨਲ ਹਾਈਵੇ ਦਾ ਨੀਂਹ ਪੱਥਰ ਰੱਖਣ ਲਈ। ਔਰ ਮੈਂ ਸਮਝਦਾ ਕਿ ਇਹ ਜਿਹੜੀ ਰੋਡ ਆ ਬੜੀ ਅਹਿਮ ਰੋਡ ਆ, ਇਹ ਮਾਝੇ ਅਤੇ ਦੁਆਬੇ ਦੇ ਲੋਕ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ 'ਤੇ ਲੱਖਾਂ ਦੀ ਗਿਣਤੀ 'ਚ ਸੜਕ ਰਾਹੀਂ ਆਉਂਦੇ ਨੇ। ਨੈਣਾ ਦੇਵੀ ਦੇ ਤਿਉਹਾਰ 'ਤੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਆਉਂਦੇ ਨੇ। ਬਾਬਾ ਵਡਭਾਗ ਸਿੰਘ ਦੇ ਡੇਰੇ 'ਤੇ ਜਾਣ ਲੱਗਿਆ ਸ਼ਰਧਾਲੂ ਲੱਖਾਂ ਦੀ ਗਿਣਤੀ 'ਚ ਉੱਥੋਂ ਦੀ ਜਾਂਦੇ ਨੇ, ਮਾਤਾ ਚਿੰਤਪੂਰਨੀ ਜੀ ਦੇ, ਬਾਬਾ ਬਾਲਕ ਨਾਥ ਜੀ ਦੇ। ਔਰ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਲੱਖਾਂ ਲੋਕ ਇਸ ਰਸਤੇ 'ਤੇ ਲੰਘਦੇ ਨੇ। ਰਸਤਾ ਬਹੁਤ ਤੰਗ ਸੀ ਔਰ 473 ਕਰੋੜ ਦੇ ਕਰੀਬ ਇਹ ਪ੍ਰੋਜੈਕਟ ਜਿਹੜਾ ਜਿਹਦਾ ਨੀਂਹ ਪੱਥਰ ਰੱਖਣ ਆ ਰਹੇ ਨੇ, ਮੈਂ ਸਮਝਦਾ ਪੰਜਾਬ ਦਾ ਇੱਕ ਅਹਿਮ ਪ੍ਰੋਜੈਕਟ ਹੋਏਗਾ। ਪੰਜਾਬ ਇਸ ਵੇਲੇ ਵਿੱਚ ਇਹ ਸਨ ਹੁਣ ਤੱਕ ਦੀਆਂ ਖਬਰਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਫਿਰ ਮੁਲਾਕਾਤ ਹੋਏਗੀ। ਸੁਰਿੰਦਰ ਡੱਲਾ ਨੇ ਦਿਓ ਇਜਾਜ਼ਤ, ਧੰਨਵਾਦ।